ਉਦੋਂ ਦੀ ਪੂਰੀ ਕਹਾਣੀ ਜ਼ਰੂਰ ਦੱਸੋ ਬਾਹਰ ਆ ਕੇ ਜੇ ਸਰਸਾ ਸਾਹਿਬ ਇੱਕ ਵਾਰ ਤੁਸੀਂ ਬਰੀਫ ਕਰ ਦਿਓ ਇੱਕ ਵਾਰ ਅੱਜ ਸਰਦਾਰ ਜੀਤ ਸਿੰਘ ਜੀ ਦਾ ਵੀ ਹੁਣ ਤੁਸੀਂ ਦੇਖ ਰਹੇ ਜੇ ਇਹ ਉਹ ਕੇਸ ਆ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਜੀ ਜੀ ਦੇਖੋ ਅੱਜ ਮੈਂ ਪਹਿਲਾਂ ਤੇ ਦੇਸ਼ ਦੇ ਗੱਲ ਕਹਿਣਾ ਚਾਹੁੰਦਾ ਦੇਸ਼ ਨੂੰ ਅੱਜ ਚਾਹੇ ਸਾਨੂੰ ਅੱਜ ਬੜੀ ਸ਼ਰਮ ਆ ਰਹੀ ਹੈ ਅਸੀਂ ਪਿਆਰ ਜੀ ਅਤੇ ਬਾਹਰ ਖੜੇ ਬੜੀ ਸ਼ਰਮ ਆ ਰਹੀ ਆ ਕਿਉਂਕਿ ਅੱਜ ਦੇਸ਼ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਆ ਕਿ ਇਹ ਕੌਣ ਨੇ ਇਹ ਆਰਮੀ ਦੇ ਉਹ ਜਵਾਨ ਨੇ ਜਿਨ੍ਹਾਂ ਨੇ ਦੇਸ਼ ਦਾ ਸੀਨਾ ਚੌੜਾ ਕੀਤਾ ਸਰਦਾਰ ਗੁਰਮੁਖ ਸਿੰਘ ਜੀ ਜਿਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ ਲੜਾਈ ਜੰਗ ਲੜੀ ਔਰ ਉਸ ਜੰਗ ਦੇ ਅੰਦਰ ਪਾਕਿਸਤਾਨ ਦੇ 80,000 ਸੈਨਿਕਾਂ ਨੂੰ ਕੁੱਟਿਆ ਤੇ ਲਿਆਉਂਦਾ ਹੋਵੇ ਅੱਜ ਉਹਨਾਂ ਲੋਕਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ ਹੈ ਸਾਨੂੰ ਬੜਾ ਦੁੱਖ ਆ ਸਾਡੇ ਐਸੇ ਬਜ਼ੁਰਗ ਆਓ ਜੀ ਗੁਰਮੁਖ ਸਿੰਘ ਸਾਡੇ ਐਸੇ ਬਜ਼ੁਰਗ ਸਰਦਾਰ ਗੁਰਮੁਖ ਸਿੰਘ ਜੀ ਅਤੇ ਸਰਦਾਰ ਜੀਤ ਸਿੰਘ ਜੀ ਸਾਨੂੰ ਬੜਾ ਦੁੱਖ ਇਸ ਗੱਲ ਦਾ ਕਿ ਇਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਦੇਸ਼ ਦੇ ਵਾਸਤੇ ਲੜਾਈ ਅੱਜ ਜੇਲ੍ਹਾਂ ਦੇ ਅੰਦਰ ਤੱਕ ਕੇ ਜਿੱਦਾਂ ਦੀ ਸ਼ਿਰਕਤ ਕੀਤੀ ਗਈ ਜਿੱਦਾਂ ਦੇ ਮਾੜੇ ਬੋਲ ਬੋਲੇ ਗਏ ਜਿੱਦਾਂ ਦੇ ਇਹਨਾਂ ਬਜ਼ੁਰਗਾਂ ਦੇ ਉੱਤੇ ਡੰਡਾ ਮਾਰੇ ਮਾਰੇ ਫਾਰੇ ਗਏ ਔਰ ਗਾਲਾਂ ਕੱਢੀਆਂ ਗਈਆਂ ਅੱਤਵਾਦੀ ਵੱਖ ਵੱਖ ਹੀ ਕਿਹਾ ਗਿਆ ਇਹ ਸਾਡੇ ਦੇਸ਼ ਦੇ ਲੋਕਾਂ ਦੇ ਵਾਸਤੇ ਦੇਸ਼ ਦੇ ਰੁਕਣ ਦਾ ਕਿਹਾ ਚਾਹੁੰਦਾ ਕਿ ਦੇਖੋ ਅੱਜ ਇਹਨਾਂ ਦਾ ਬਜ਼ੁਰਗ ਦੇਖੋ ਉਹਨੇ ਅੱਤਵਾਦੀ ਦਿਖਦੇ ਨੇ ਨਾ ਬਜ਼ੁਰਗ ਸਾਨੂੰ ਵੱਖ ਵੱਖ ਹੀ ਦਿਖਦੇ ਨੇ ਜਿਨ੍ਹਾਂ ਨੇ ਪਾਕਿਸਤਾਨ ਨੂੰ ਦੇਸ਼ ਵਾਸੀ ਉਹ ਇਹਨਾਂ ਨੇ ਪਾਕਿਸਤਾਨ ਨੂੰ ਕੁੱਟਿਆ ਤੇ ਲਿਆਂਦਾ ਸੀ पूरा ब्रीफ जरूर करो भावुक हो रहे हो बिल्कुल खुल जो भीरे कसूर की सी क्या कसूर आप दे हक मंगना गुनाह है इस देश दे विच उस दिन की हुआ तुहाडे नाल हां तो दे रोटी खांदे जी ਹਿਊਮੀਲੇਟ ਕਰਦੇ ਪਏ ਜੇ ਇੱਕ ਆਰਮੀ ਦੇ ਐਸੇ ਜਵਾਨਾਂ ਨੂੰ ਜਿਹੜੇ ਅੱਜ ਰੋਣ ਤੋਂ ਮਜਬੂਰ ਹੋ ਗਏ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਦੀ ਲੜਾਈ ਲੜੀ ਹੰਝੂ ਦੇਖਦੇ ਆ ਤੇ ਮੈਨੂੰ ਲੱਗਦਾ ਦੇਸ਼ ਦੇ ਲੋਕਾਂ ਨੂੰ ਜ਼ਰੂਰ ਸ਼ਰਮ ਆ ਰਹੀ ਹੋਊਗੀ ਅੱਜ ਇਹਨਾਂ ਸਾਡੇ ਵੀਰਾਂ ਦੇ ਹੰਝੂ ਦੇਖ ਕੇ ਜ਼ਰੂਰ ਇਸ ਗੱਲ ਦਾ ਮਹਿਸੂਸ ਹੋ ਰਿਹਾ ਹੋਊਗਾ ਕਿ ਜਿਨ੍ਹਾਂ ਨੇ ਪਾਕਿਸਤਾਨ ਨੂੰ ਰਵਾਇਆ ਸੀ ਅੱਜ ਆਪਣੇ ਮੁਲਕ ਦੇ ਅੰਦਰ ਰੋਣ ਨੂੰ ਮਜਬੂਰ ਹੋ ਗਏ ਨੇ ਅੱਜ ਉਹ ਆਪਣੇ ਮੁਲਕ ਦੇ ਅੰਦਰ ਖੜੇ ਹੋ ਕੇ ਉਹਨਾਂ ਫੁਲਕੀਆਂ ਗਾਲਾਂ ਜਿਹੜੀਆਂ ਕਿ ਗੰਦੀਆਂ ਗੰਦੀਆਂ ਬੇਇੱਜ਼ਤੀ ਕੀਤੀ ਉਹ ਗੱਲਾਂ ਗਾਲਾਂ ਸ਼ਾਇਦ ਬਰਦਾਸ਼ਤ ਕਿਸੇ ਤੋਂ ਨਹੀਂ ਹੋ ਰਹੀਆਂ ਬਾਬਾ ਜੀ ਇੰਨਾ ਕੋਈ ਨਹੀਂ ਜੰਗ ਲੜਦਿਆਂ ਬਹੁਤ ਕੁਛ ਹੁੰਦਾ ਆਪਾਂ ਹਾਰਨਾ ਨਹੀਂ ਆਪਣੇ ਹੌਸਲੇ ਬੁਲੰਦ ਰੱਖਣੇ ਆ ਆਪਾਂ ਜਿੱਤ ਕੇ ਆਉਣਾ ਜਿਹਨਾਂ ਉਹਨਾਂ ਨੇ ਆਪਣਾ ਜ਼ੋਰ ਲਾ ਲਿਆ ਆਪਾਂ ਆਪਣਾ ਜ਼ੋਰ ਲਾ ਲਿਆ ਉਹਨਾਂ ਜ਼ੋਰ ਲਾ ਕੇ 10 ਦਿਨ ਰੱਖ ਕੇ ਦੇਖ ਲਿਆ ਅੰਦਰ ਆਪਾਂ ਜ਼ੋਰ ਲਾ ਕੇ ਬਾਹਰ ਕੱਢ ਕੇ ਦੇਖ ਲਿਆ ਤਕੜੇ ਰਹਿਣਾ ਹੈ ਅਸੀਂ ਤੁਹਾਡੇ ਬੱਚੇ ਅਸੀਂ ਵੀ ਤੁਹਾਡੇ ਆਸ਼ੀਰਵਾਦ ਸਦਕੇ ਆ ਸਾਡੇ ਕੋਲ ਜਿਹੜਾ ਮਨੁੱਖ ਮਿਲਦੇ ਜਿਹਨੂੰ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਵੇਖਦੇ ਆ ਤਾਂ ਹੀ ਸਾਨੂੰ ਹਿੰਮਤ ਮਿਲਦੀ ਆ ਸਭ ਤੁਸੀਂ ਤਕੜੇ ਰਹੋ ਜੇ ਤਕੜੇ ਬਿਲਕੁਲ ਸੋ ਲਗਾਤਾਰ ਮਨਜਿੰਦਰ ਸਿੰਘ ਸਿਰਸਾ ਹੁਣ ਵੀ ਖੜੇ ਨੇ ਬਹੁਤ ਸਾਰੇ ਲੋਕ ਜਿਹੜੇ ਨਾਲ ਖੜੇ ਨੇ ਵੱਡੇ ਆਪਣੇ ਹੌਸਲਾ ਨਾਲ ਜੁੜੋ ਹੁਣ ਘਰ ਜਾਣਾ ਹੈ ਧਰਮੇ ਜਾਣਾ ਕਿੱਥੇ ਜਾਣਾ ਕਿ ਬਹੁਤ ਵੱਡੀ ਸਟੇਟਮੈਂਟ ਹੈ ਇਹ ਵੀ ਪਰ ਜਦੋਂ ਗ੍ਰਿਫਤਾਰੀ ਹੋਈ ਸਰਦਾਰ ਗੁਰਮੁਖ ਸਿੰਘ ਜੀ ਹੁਣਾਂ ਨਾਲ ਵੀ ਅਸੀਂ ਗੱਲ ਕੀਤੀ ਉਹ ਕਹਿੰਦੇ ਕਿ ਉੱਥੋਂ ਕੁੱਟਿਆ ਵੀ ਸਾਨੂੰ ਕਿ ਤੁਸੀਂ ਕੀ ਲੈਣ ਆਏ ਹੋ ਇੱਥੇ ਹਾਂ ਉਮਰ ਦਾ ਲਿਹਾਜ਼ ਤਾਂ ਹੋਣਾ ਚਾਹੀਦਾ ਘੱਟੋ ਘੱਟ ਕਿਉਂਕਿ ਇਹਨਾਂ ਦੀ ਉਮਰ 80 ਸਾਲ ਤੁਹਾਡੀ ਵੀ 70 ਸਾਲ ਦੇ ਕਰੀਬ ਹੈ ਤੁਹਾਨੂੰ ਕੀ ਕਿਹਾ ਜਾਂਦਾ ਸੀ ਜਦੋਂ ਗ੍ਰਿਫਤਾਰ ਕਰਨ ਆਏ ਆ ਤੁਸੀਂ ਪੁੱਛਿਆ ਹੋਊਗਾ ਤੁਹਾਨੂੰ ਕੀ ਕਿਹਾ ਕਿਉਂ ਲੈ ਕੇ ਜਾ ਰਹੇ ਹੋ ਕੀ ਵਜ੍ਹਾ ਕੀ ਆ ਵਜ੍ਹਾ ਤਾਂ ਪੁੱਛੀ ਹੋਣੀ ਤੁਸੀਂ ਤੁਹਾਨੂੰ ਇਹ ਕਿਹਾ ਗਰਾਊਂਡ ਤਾਂ ਦਿੱਤਾ ਸੀ ਗਰਾਊਂਡ ਤਾਂ ਦਿੱਤਾ ਸੀ
ਲਾਲ ਕਿਲੇ ਦਾ ਬਾਬਾ ਜੀ ਕਿੰਨੇ ਲੋਕ ਸੀਗੇ ਉਸ ਵੇਲੇ ਲਾਲ ਕਿਲੇ ਦਾ ਕੋਈ ਜ਼ਿਕਰ ਹੋਇਆ ਸੀ ਉਸ ਟਾਈਮ ਲਾਲ ਕਿਲੇ ਜਾਣ ਬਾਰੇ ਗੱਲਬਾਤ ਹੋਈ ਸੀ ਲੰਗਰ ਵੀ ਛਕਦੇ ਰਹੇ ਸਾਡੇ ਕੋਲ ਆ ਕੇ ਦਿੱਲੀ ਕਮੇਟੀ ਨੇ ਵੀ ਲੰਗਰ ਲਾਇਆ ਜਿਹੜੇ ਲੋਕਾਂ ਦਾ ਤੁਸੀਂ ਲੰਗਰ ਛਕਦੇ ਜੇ ਕਹਿੰਦੇ ਜਿਸਕੀ ਖਾਈਏ ਬਾਜਰੀ ਉਸਕੀ ਬੜੀ ਹਾਜ਼ਰੀ ਕੋਈ ਬੰਦਾ ਇੰਨੀ ਬੇਸ਼ਰਮ ਔਰ ਇੰਨਾ ਆਸਾਨ ਫਰਾਮੋਸ਼ ਔਰ ਇੰਨਾ ਕਿਰਤਦਨ ਕਿਵੇਂ ਹੋ ਸਕਦਾ ਹੈ ਕਿ ਜਿਹੜੇ ਬਜ਼ੁਰਗ ਤੁਹਾਨੂੰ ਲੱਕੜਾਂ ਪਾਲ ਪਾਲ ਕੇ ਅੱਗ ਪਾਲ ਪਾਲ ਕੇ ਉੱਥੇ ਲੰਗਰ ਛਕਾਉਂਦੇ ਰਹੇ ਤੁਹਾਨੂੰ ਚਾਹਵਾਂ ਛਕਾਉਂਦੇ ਰਹੇ ਤੁਸੀਂ ਯਾਰ ਉਹਨਾਂ ਦੇ ਡੰਡੇ ਵਰਾ ਰਹੇ ਜੀ ਯਾਰ ਡੰਡਾ ਮਾਰਨ ਤੋਂ ਪਹਿਲਾਂ ਤੁਹਾਡੀ ਆਤਮਾ ਨੇ ਤੁਹਾਨੂੰ ਦੂਰੇ ਲਾਤ ਤਾਂ ਨਹੀਂ ਪਈ ਦੂਰੇ ਲਾਤ ਤਾਂ ਪਈ ਹੋਣਗੀਆਂ ਸੀ ਪੁਰਾਣੀ ਵਿਧਾਨ ਕੋਈ ਵੀ ਬੰਦਾ ਅੰਦੋਲਨ ਦੇ ਅੰਦਰ ਕੋਈ ਇਨਵਾਇਲੈਂਸ ਨਹੀਂ ਕਰ ਰਿਹਾ ਸੀ ਅਦਾਲਤ ਦੇ ਵਿੱਚ ਜਦੋਂ ਸਵਾਲ ਉਠਾਇਆ ਉਹ ਕੀ ਦਲੀਲ ਸੀ ਅਸੀਂ ਬਾਬਾ ਜੀ ਬਾਰੇ ਜੋ ਦੱਸਿਆ ਵੀ ਫਾਰਮਰ ਆਰਮੀ ਨੇ 70 ਸਾਲ 80 ਸਾਲ ਦੀ ਉਮਰ ਆ ਤੁਹਾਨੂੰ ਲੱਗਦਾ ਕਿ ਉਹ ਦੇਸ਼ ਵਿਰੋਧੀ ਹੋ ਸਕਦੇ ਜਾਈ ਸਾਹਿਬ ਨੇ ਇਹ ਗੱਲ ਮੰਨਣੀ ਸੀ ਪਰ ਫਿਰ ਇਹ ਗੱਲ ਕਹੀ ਕਿ ਤੁਸੀਂ ਦੇਖੋ ਇਹਦੇ ਅੰਦਰ ਕੇਸ ਕਿਹਦੇ ਅਗੇਂਸਟ ਆ ਪੁਲਿਸ ਦੇ ਅਗੇਂਸਟ ਅਤੇ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਇਨਫਲੂਐਂਸ ਕਰ ਦੇਣਗੇ ਅਗਰ ਬਾਹਰ ਆ ਜਾਣਗੇ ਅਤੇ ਜੱਜ ਨੇ ਇਸ ਗੱਲ ਨੂੰ ਮੰਨਿਆ ਕਿ ਆਰਮੀ ਮੈਨ ਦੇ ਕੇਸਾਂ ਵਿੱਚ ਸ਼ਿੱਦਤ ਕਰਦੇ ਪਏ ਜੇ ਜਿਹਦਾ ਰੱਖਣਾ ਕੀ ਮਤਲਬ ਉਹਨਾਂ ਦਾ ਇਸੇ ਕਰਕੇ ਜਮਾਤ ਨਹੀਂ ਤੁਸੀਂ ਦੇਖ ਲਓ ਉਹਨਾਂ ਕਹਿੰਦੇ ਜਿੱਥੇ ਮਰਜ਼ੀ ਜਿੱਥੇ ਲੈ ਕੇ ਜਾਣਗੇ ਉੱਥੇ ਜਾਵਾਂਗੇ ਅੰਦੋਲਨ ਤੋਂ ਦਬਾਅ ਤਾਂ ਜੇ ਸਾਡੇ ਲੋਕ ਬਾਹਰ ਆ ਕੇ ਰੋਂਦੇ ਹੁੰਦੇ ਕਿ ਇਹਨਾਂ ਨੇ ਬਾਹਰ ਆ ਕੇ ਜ਼ਿੰਦਗੀ 'ਚ ਅੰਦੋਲਨ 'ਚ ਜਾਣਾ ਜਿਹੜੇ ਪੁੱਛ ਰਹੇ ਪਹਿਲੇ ਦੱਸੋ ਕਿੱਥੇ ਚੱਲਦਾ ਤਾਂ ਕਿੱਥੇ ਬਾਪੂ ਜੀ ਅੰਦਰ ਅੰਦਰ ਕੀ ਕਹਿੰਦੇ ਨੇ ਨੌਜਵਾਨ ਹੌਸਲਾ ਕਿਵੇਂ ਅੰਦਰ ਹੋਰ ਲੋਕਾਂ ਨਾਲ ਵੀ ਗੱਲ ਹੋਈ ਹੋਈ ਗੱਲ ਆਖਰੀ ਸਵਾਲ ਹੈ ਹੋਰ ਲੋਕਾਂ ਨਾਲ ਵੀ ਅੰਦਰ ਗੱਲ ਹੋਈ ਹੋਈ ਸੀ ਇਸ ਵੇਲੇ ਜਿਹੜੇ ਵੱਡੀ ਰੋਚ ਚੁੱਕੀ ਹੈ ਵਿਕਰਮ ਮੜਾ ਸਿਰ ਦੇ ਸਿਰ ਤੇ ਜਿਹੜਾ ਸਿਰ ਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਔਰ ਜਿਹੜਾ ਹੈ ਜਿਸ ਤਰੀਕੇ ਜਿਹੜਾ ਉਹਨਾਂ ਨੇ ਬਾਹਰ ਆ ਕੇ ਤੋਂ ਜਿਸ ਤਰੀਕੇ ਉਹਨਾਂ ਨੇ ਜਿਹੜੀ ਆ ਗੱਲਬਾਤ ਸਾਂਝੀ ਕੀਤੀ ਇਸ ਵੇਲੇ ਦੀ ਚੜ੍ਹਦੀ ਕਲਾ ਚ ਨੇ ਜਿਸ ਤਰੀਕੇ ਚੀਫ ਸਿੰਘ ਨੇ ਕਿਹਾ ਦੇਖ ਰਹੇ ਹੋ ਤੁਸੀਂ ਤਸਵੀਰਾਂ ਸਰਦਾਰ ਗੁਰਮੁਖ ਸਿੰਘ ਹੁਣੀ ਦੇ ਉਸ ਤੋਂ ਬਾਅਦ ਜੀਤ ਸਿੰਘ ਹੁਣੀ ਦੇਖਿਆ ਤਸਵੀਰਾਂ